ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਤੁਹਾਡੇ ਵਾਸਤੇ, ਕਿਉਂਕਿ ਬਹੁਤ ਵੱਡੀ ਖਬਰ ਆ ਤੁਹਾਡੇ ਲਈ ਔਰ ਖੁਸ਼ਖਬਰੀ ਦੀ ਖਬਰ ਹੈ ਇਹ ਤੁਹਾਡੇ ਲਈ। ਕੀ ਇਹ ਨਵਾਂ ਅਪਡੇਟ ਆਇਆ ਮੈਂ ਤੁਹਾਨੂੰ ਬਰੀਫ 'ਚ ਦੱਸਾਂਗੀ ਪੰਜਾਬ ਪਟਵਾਰੀ ਦਾ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਕਰਿਓ, ਨਾਲ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਜਿੱਦਾਂ ਕਿ ਤੁਹਾਨੂੰ ਪਤਾ ਹੈ, ਚਾਹੇ ਕੋਈ ਲੇਟੈਸਟ ਅਪਡੇਟ ਕਿਸੇ ਵੀ ਰਿਗਾਰਡਿੰਗ ਹੋਵੇ ਜੋਬ ਦੇ ਰਿਗਾਰਡਿੰਗ ਪੰਜਾਬ ਦੇ ਨਾਲ, ਤਾਂ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੀਦਾ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਰਹੇਗੀ। ਆਪਣੇ ਦੋਸਤਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਜ਼ਰੂਰ ਕਰਿਓ। ਤਾਂ ਕਿਹੜਾ ਅਪਡੇਟ ਆਇਆ ਹੋਇਆ ਮੈਂ ਤੁਹਾਨੂੰ ਪੂਰਾ ਡਿਟੇਲ 'ਚ ਦੱਸਾਂਗੀ, ਬਿਲਕੁਲ ਫਰੈਸ਼ ਅਪਡੇਟ ਹੈ। 9 ਜਨਵਰੀ 2020 ਨੂੰ ਡਿਪਾਰਟਮੈਂਟ ਨੂੰ ਲੈਟਰ ਲਿਖਿਆ ਗਿਆ ਹੈ। ਕਿਹੜੇ ਡਿਪਾਰਟਮੈਂਟ ਨੂੰ ਦੇਖ ਸਕਦੇ ਹੋ ਤੁਸੀਂ? ਪੰਜਾਬ ਸਰਕਾਰ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਇਹ ਲੈਟਰ ਲਿਖਿਆ ਗਿਆ ਹੈ ਔਰ ਇਹ ਲੈਟਰ ਲਿਖਿਆ ਆਮ ਰਾਜ ਪ੍ਰਬੰਧ ਵਿਭਾਗ ਨੇ। ਕਿਸ ਰਿਗਾਰਡਿੰਗ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਜਿਹੜਾ ਮੇਨ ਮੇਨ ਅਪਡੇਟ ਹੈ ਜਿਹੜਾ ਤੁਹਾਡੇ ਲਈ ਜਾਣਨਾ ਹੈ ਜ਼ਰੂਰੀ ਉਹੀ ਦੱਸਾਂਗੀ। ਮਾਲ ਵਿਭਾਗ ਵਿੱਚ ਮਾਲ ਪਟਵਾਰੀ ਦੀਆਂ 1090 ਅਸਾਮੀਆਂ ਭਰਤੀ ਕਰਨ ਸੰਬੰਧੀ, ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਬਜੈਕਟ ਕੀ ਲਿਖਿਆ ਗਿਆ। 9 ਜਨਵਰੀ 2020 ਨੂੰ ਇਹ ਲੈਟਰ ਲਿਖਿਆ ਗਿਆ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਮੰਤਰੀ ਪਰਿਸ਼ਦ ਦੀ ਮੀਟਿੰਗ ਮਿਤੀ 4 ਦਸੰਬਰ 2019 ਵਿੱਚ ਮਾਲ ਵਿਭਾਗ ਵਿੱਚ 1090 ਮਾਲ ਪਟਵਾਰੀਆਂ ਦੀ ਅਸਾਮੀਆਂ ਭਰਨ ਦੀ ਪ੍ਰਵਾਨਗੀ ਹੇਠ ਅਨੁਸਾਰ ਦਿੱਤੀ ਗਈ ਹੈ। ਤੁਹਾਨੂੰ ਪਤਾ 4 ਦਸੰਬਰ ਨੂੰ ਇੱਕ ਖਬਰ ਆਈ ਸੀ ਕਿ ਅਪਡੇਟ ਹੈ। ਇੱਥੇ ਇਹਨਾਂ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਨਾਲ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਸ ਵਿਭਾਗ ਦੀ ਮੁੜ ਬਣਤਰ ਵਜੋਂ ਇਹ ਸੰਭਾਵਨਾ ਹੈ ਕਿ 250 ਜਿਹੜੇ ਆ ਨਹਿਰੀ ਪਟਵਾਰੀ ਉਪਲਬਧ ਹੋ ਜਾਣਗੇ। ਇਸ ਲਈ ਮਾਲ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਪਟਵਾਰੀਆਂ ਦੀ ਭਰਤੀ ਦੀ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਜਲ ਸਰੋਤ ਵਿਭਾਗ ਨਾਲ ਤਾਲਮੇਲ ਕਰਕੇ ਜਿਹੜਾ ਨਹਿਰੀ ਪਟਵਾਰੀ ਮਾਲ ਵਿਭਾਗ ਵਿੱਚ ਨਿਯਮਾਂ ਮੁਤਾਬਕ ਭਰਤੀ ਜਿਹੜੇ ਆ ਉਹ ਕੀਤੇ ਜਾਣਗੇ। ਤਾਂ ਇਹਨਾਂ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਲੇਟੈਸਟ ਅਪਡੇਟ ਹੈ ਔਰ ਇਹਨਾਂ ਨੇ ਦੇਖੋ ਆਹ ਥਰਡ ਪੈੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਨਾਂ ਨੇ ਇਹ ਲਿਖਿਆ ਹੋਇਆ ਇਹਦੇ 'ਚ ਕਿ ਤੁਹਾਨੂੰ ਦੁਬਾਰਾ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਮੰਤਰੀ ਪਰਿਸ਼ਦ ਦੇ ਫੈਸਲੇ ਦੇ ਅਕੋਰਡਿੰਗਲੀ ਮਾਲ ਪਟਵਾਰੀ ਦੀਆਂ 1090 ਅਸਾਮੀਆਂ ਭਰਨ ਲਈ ਕੈਟਾਗਰੀ ਵਾਈਜ਼ ਭਾਵ ਜਨਰਲ ਅਨੁਸੂਚਿਤ ਮਤਲਬ ਜਨਰਲ SC ST ਹੈਂਡੀਕੈਪਡ ਯਾਨੀ ਕਿ ਫਿਜ਼ੀਕਲੀ ਹੈਂਡੀਕੈਪਡ ਸਾਬਕਾ ਫੌਜੀ ਦੀਆਂ ਅਸਾਮੀਆਂ ਦਾ ਜਿਹੜਾ ਵੇਰਵਾ ਆ ਉਹ ਤੁਰੰਤ ਭੇਜਿਆ ਜਾਵੇ। ਸੋ ਕੁਛ ਦਿਨ ਲੱਗ ਸਕਦੇ ਆ, ਜਲਦੀ ਹੀ ਤੁਹਾਨੂੰ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ। ਦੇਖੋ 9 ਜਨਵਰੀ ਦਾ ਹੀ ਇਹ ਲੈਟਰ ਹੈ ਅਤੇ ਜਲਦੀ ਹੀ ਪੰਜਾਬ ਪਟਵਾਰੀ ਦੀ ਭਰਤੀ ਆਉਣ ਵਾਲੀ ਹੈ। ਜਿੱਦਾਂ ਹੀ ਔਫੀਸ਼ੀਅਲ ਅਪਡੇਟ ਆਏਗਾ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਧੰਨਵਾਦ।